Thank you.
ना वो यहाँ है नहीं। उसका कुछ फायदा नहीं होगा ना, एक रूम रखना नहीं अपनी आत्मा नूं अंदरों जींदा कर ताकि तू किसी दे दस काज सवार सकी। इत्थे इह पंक्ति इह गल कहिंदी है सानूं। हुण इस बादशाह कारू बादशाह दी अंदर कोई दमरा इक लै के आवे, कोई लड़का होवे, बुढ़ा होवे, ठेड़ा होवे, कोई रूपों करूप होवे कि उह इक दमरा लै के आ जावे ते मेरी लड़की ब्याह के लै जावे। पर इहदे अंदर भी पिछे भेद छुपिया होया सी। कहिंदे ने इक नौजवान ने इह ढडोरची दा ढडोरा सुणिया, सुन के ढडोरा भज के ਇਹ ਆਪਣੇ ਘਰ ਵੱਲ ਨੂੰ ਗਿਆ। ਘਰ ਜਾ ਕੇ ਆਪਣੀ ਮਾਂ ਤੋਂ ਇੱਕ ਰੁਪਈਆ ਮੰਗਿਆ, ਇੱਕ ਦਮੜਾ ਮੰਗਿਆ ਕਿ ਮਾਤਾ ਮੈਨੂੰ ਇੱਕ ਦਮੜਾ ਦੇ ਦੇ, ਮੈਂ ਤਾਰੂ ਬਾਦਸ਼ਾਹ ਦੀ ਲੜਕੀ ਵਿਆਹ ਕੇ ਲਿਆਉਣੀ ਹੈ। ਲੜਕੀ ਦੇ ਉੱਤੇ ਹੁਸਨ ਬੜਾ ਕਿਉਂਕਿ ਬਾਦਸ਼ਾਹ ਦੀ ਲੜਕੀ ਹੈ। ਜਿਸ ਵੇਲੇ ਘਰ ਗਿਆ, ਮਾਤਾ ਤੋਂ ਪੈਸਾ ਮੰਗਿਆ, ਮਾਤਾ ਨੇ ਇਨਕਾਰ ਕੀਤਾ, ਆਖਣ ਲੱਗੀ ਪੁੱਤਰਾ ਤਾਰੂ ਬਾਦਸ਼ਾਹ ਨੇ ਦੇਸ਼ ਦੇ ਵਿੱਚ ਪੈਸਾ ਛੱਡਿਆ ਹੀ ਕਿਤੇ ਨਹੀਂ, ਦਮੜਾ ਛੱਡਿਆ ਹੀ ਕਿਤੇ ਨਹੀਂ, ਜਿਹੜਾ ਤੈਨੂੰ ਮੈਂ ਦਮੜਾ ਦੇ ਦੇਵਾਂ। ਇਹ ਭਾਵੇਂ ਮਾਂ ਬਾਪ ਆਪਣੇ ਪੁੱਤਰਾਂ ਦੀਆਂ ਲੋੜਾਂ ਨੂੰ ਜਾਣਦੇ ਆ, ਭਾਵੇਂ ਆਪਣੇ ਪੁੱਤਰ ਦੀ ਲੋੜ ਦਾ ਮੁੱਲ ਜਾਣਦੀ ਆ ਮਾਂ ਆਪਣੇ ਦੀ, ਪਰ ਉਹਨੂੰ ਹੁਣ ਪੈਸਾ ਦੇਵੇ ਤਾਂ ਦੇਵੇ ਕਿੱਥੋਂ। ਆਖਿਰ ਕਹਿ ਰਹੀ ਆ ਕਿ ਤਾਰੂ ਬਾਦਸ਼ਾਹ ਨੇ ਕਿਤੇ ਪੈਸਾ ਦੇਸ਼ ਦੇ ਵਿੱਚ ਛੱਡਿਆ ਨਹੀਂ ਜਿਹੜਾ ਮੈਂ ਤੈਨੂੰ ਪੈਸਾ ਦੇ ਦੇਵਾਂ। ਔਰ ਦੂਸਰੀ ਗੱਲ ਪੁੱਤਰਾ, ਇਸ ਗੱਲ ਦੇ ਪਿੱਛੇ ਕੋਈ ਨਾ ਕੋਈ ਭੇਦ ਛੁਪਿਆ ਹੋਇਆ, ਕੋਈ ਗਹਿਰੀ ਚਾਲ ਛੁਪੀ ਹੋਈ ਹੈ। ਮਾਂ ਜਾਣਦੀ ਹੈ ਕਿਉਂਕਿ ਉਹਦੇ ਦੇਸ਼ ਦਾ ਰਾਜਾ ਸਿਆਣੀ ਹੈ, ਉਹਨੂੰ ਪਤਾ ਪਹਿਲਾਂ ਵੀ ਕਈ ਚਾਲਾਂ ਚੱਲ ਚੁੱਕੀਆਂ। ਆ ਪੈਸਾ ਨਹੀਂ ਦੇਣਾ ਤੇ ਫਿਰ ਮੈਂ ਫਾਹਾ ਲਾ ਕੇ ਮਰ ਜਾਣਾ ਜਾਂ ਫਿਰ ਕੁਝ ਖਾ ਕੇ ਮਰ ਜਾਣਾ। ਹੁਣ ਮਾਂ ਨੇ ਦੁਹਾੜਾ ਮਾਰਿਆ ਪਿੱਟੀ ਕਿ ਮੇਰਾ ਪੁੱਤ ਧਰਤੀ ਦੇ ਉੱਤੇ ਡਿੱਗ ਪਿਆ, ਸ਼ਾਇਦ ਬੇਹੋਸ਼ ਹੋ ਗਿਆ। ਕਹਿੰਦੇ ਪਾਣੀ ਲਿਆਂਦਾ, ਮੂੰਹ ਦੇ ਵਿੱਚ ਪਾਇਆ, ਬੱਚੇ ਦੇ ਬੱਚਾ ਉੱਠ ਕੇ ਬੈਠਿਆ, ਆਖਣ ਲੱਗੀ ਪੁੱਤਰਾ ਤੂੰ ਮੇਰੀਆਂ ਆਂਦਰਾਂ ਦਾ ਛੇਕ, ਅੱਜ ਤੇਰਾ ਕਾਸ਼ ਜੇ ਕਿਤੇ ਬਾਪ ਜਿਉਂਦਾ ਹੁੰਦਾ ਤਾਂ ਤੈਨੂੰ ਦਮੜਾ ਮਿਲ ਜਾਂਦਾ। ਜਿਸੇ ਬਾਪ ਨੂੰ ਯਾਦ ਕੀਤਾ, ਮਾਂ ਨੂੰ ਉਹ ਕਹਾਣੀ ਯਾਦ ਆ ਗਈ ਹੈ ਪਿਛਲੀ ਮਰਿਆਦਾ ਦੀ, ਆਖਣ ਲੱਗੀ ਪੁੱਤਰਾ ਰੁਪਈਆ ਤੈਨੂੰ ਜ਼ਰੂਰ ਮਿਲੇਗਾ, ਤੇਰੀ ਇਹ ਆਸ ਮੈਂ ਜ਼ਰੂਰ ਪੂਰਾ ਕਰਾਂਗੀ, ਭਾਵੇਂ ਤੈਨੂੰ ਬਾਅਦ ਦੇ ਵਿੱਚ ਦੁੱਖ ਉਠਾਉਣੇ ਪੈਣ। ਪਰ ਮਾਂ ਜਾਣਦੀ ਆਪਣੇ ਪੁੱਤਰ ਦੇ ਦੁੱਖ ਨੂੰ, ਆਖਣ ਲੱਗੀ ਪੁੱਤਰਾ ਅੱਜ ਮੇਰਾ ਪਤੀ ਮਰਿਆ ਹੋਇਆ ਵੀ ਤੇਰਾ ਸਾਥ ਦੇਵੇਗਾ। ਆਖਣ ਲੱਗੀ ਜਦੋਂ ਤੇਰਾ ਬਾਪ ਮੁੱਕਾ ਸੀ ਉਦੋਂ ਇਹ ਮਰਿਆਦਾ ਸੀ ਕਿ ਮੁਰਦੇ ਦੀ ਛਾਤੀ ਦੇ ਉੱਤੇ ਜਾਂ ਉਹਦੇ ਮੂੰਹ ਦੇ ਵਿੱਚ ਪੈਸਾ ਰੱਖਿਆ ਜਾਂਦਾ ਸੀ, ਫਿਰ ਉਹਨੂੰ ਦਫਨਾਇਆ ਜਾਂਦਾ ਸੀ। ਚੱਲ ਤੈਨੂੰ ਮੈਂ ਦੱਸਦੀ ਹਾਂ ਕਿ ਪੈਸਾ ਕਿੱਥੇ ਹੈ। ਆਪਣੀ ਮਾਂ ਨੂੰ ਨਾਲ ਲਿਆ, ਇਸ ਆਪਣੇ ਲੜਕੇ ਨੂੰ ਇਹਨੇ ਮਾਂ ਨੇ ਨਾਲ ਲਿਆ, ਲੈ ਕੇ ਕਬਰਾਂ ਦੇ ਵਿੱਚ ਪੁੱਜ ਗਈ ਹੈ। ਕਬਰਾਂ ਦੇ ਵਿੱਚ ਪੁੱਜੀ ਹੈ, ਆਖਣ ਲੱਗੀ ਇਹ ਤੇਰੇ ਬਾਪ ਦੀ ਕਬਰ ਹੈ, ਇਹਨੂੰ ਪੁੱਟ ਤੇ ਪੁੱਟ ਕੇ ਇਹਦੇ ਵਿੱਚੋਂ ਇੱਕ ਰੁਪਈਆ ਕੱਢ ਲੈ। ਕਹਿੰਦੇ ਇਹਨੇ ਕਬਰ ਪੁੱਟੀ ਹੈ। ਜਿਸ ਵੇਲੇ ਕਬਰ ਪੁੱਟੀ ਹੈ, ਭਾਵੇਂ ਉਹਦੇ ਅੰਦਰ ਬਾਪੂ ਦਾ ਪਿਆਰ ਮਾਰਿਆ ਅਸ਼ਾਲਤਾ ਨੂੰ ਤੇ ਧਰਤੀ ਦੇ ਉੱਤੋਂ ਰੁਪਈਆ ਉੱਡ ਕੇ ਆਪਣੀ ਤਲੀ ਦੇ ਉੱਤੇ ਟਿਕਾਇਆ, ਮੁੱਠ ਬੰਦ ਕੀਤੀ ਹੈ, ਖੁਸ਼ੀ ਮਨ ਦੇ ਵਿੱਚ ਆਈ ਹੈ ਕਿ ਹੁਣ ਮੈਂ ਆਪਣੇ ਮਨ ਦੀ ਮੁਰਾਦ ਪੂਰੀ ਕਰਾਂਗਾ, ਰਾਜੇ ਦੀ ਲੜਕੀ ਵਿਆਹ ਕੇ ਲੈ ਕੇ ਆਵਾਂਗਾ। ਜਿਵੇਂ ਆਪਣੀ ਖੁਸ਼ੀ ਜ਼ਾਹਰ ਕਰ ਰਿਹਾ, ਜਿਵੇਂ ਗੁੱਜੀਆਂ ਪਾਉਂਦਾ ਹੋਇਆ, ਲੁੱਡੀਆਂ ਪਾਉਂਦਾ ਹੋਇਆ ਲੜਕੀ ਵਿਆਹਣ ਲਈ ਤੁਰਿਆ ਜਾ ਰਿਹਾ, ਉਸ ਵੇਲੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ। ਸੁਣੀਏ ਪਿਆਰ ਦੇ ਨਾਲ।
ਸੁਣ ਕੇ ਮਾਤਾ ਕੋ ਗੌਰ ਪੁੱਟ ਜਾ ਪਿਓ ਦੀ ਕਬਰ ਤਾਕਾ ਦਮੜਾ ਆਇਆ ਸਬਰ ਕੀਤੀ ਜਲਦੀ ਤਾਈ ਐ ਪਿਓ ਦੀ ਛਾਤੀ ਤੋਂ ਚੁੱਕ ਦਮੜਾ ਤੁਰਿਆ ਵਾਹੋ ਬਾਈ ਚੱਲ ਮਨ ਨਾ ਸੋਚਿਆ ਕਰਦਾ ਸਾ ਪਿਆ ਬੁਦੀ ਤੋਂ ਪਰਦਾ ਕਦਮ ਤਾਲੀ ਦੇ ਨਾਲ ਧਰਦਾ ਜਾਂਦਾ ਵਾਟ ਮਟਾਈ ਲੜਕੀ ਕਾਰਨ ਦੀ ਮੈਂ ਵਿਆਹਣੀ ਦਿਲ ਵਿੱਚ ਖੁਸ਼ੀ ਮਨਾਈ Thank you.
Oh, my God.
ਚੱਲ ਭਾਈ
Thank you.
ਅਕਾਲ ਸਾਰੇ ਟਰੈਕਟਰ ਟਰਾਲੀਆਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਗਰਾਊਂਡ ਵਿੱਚ ਟਰਾਲੀਆਂ ਟਰੈਕਟਰ ਇਸੇ ਤਰ੍ਹਾਂ ਜਿਹੜੀ ਕਮੈਂਟ ਛੱਡਦੇ ਤਾਰ ਕੋਈ ਨਹੀਂ ਛੱਡਦੇ ਹਾਂਜੀ ਪੈਰ ਲਈ ਧੋ ਗਿਆ ਸਾਰੇ ਪੈਰ ਕਿੰਨੇ ਨਹੀਂ ਇਹਨਾਂ ਨੂੰ ਫਾਇਦਾ ਤੂੰ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਕਰਨਾ ਕਮਨਾ ਪਾਲਾ ਉਸ ਨੂੰ ਅਮਰਤਾ ਸਾਹਿਬ ਅਰਦਾਸ ਬੇਨਤੀ ਜੋੜੀ ਹੋ ਸਕਦੀ ਹੈ ਖੁਸ਼ੀਆਂ ਪਾਤਸ਼ਾਹੀਆਂ ਕਿ ਸਤਿਗੁਰ ਨਗਰ ਮੇਰੇ ਸਤਿਗੁਰੂ ਨਾਨਕ ਵਿਕਲਮਤੀ ਹੋਵਾ ਜਿਉਂ ਘਰ ਸੂਰਜ ਨਿਕਲਿਆ ਤਾਜੇ ਛੱਪੇ ਅੰਧੇਰੇ ਤਲੋਆ ਆਪ ਨਾਰਾਇਣ ਕਰਾ ਤਾਰ ਲਗਮਾ ਕਰੋ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਪਰਸੋਂ ਆਦਰ ਨੇ ਸਤਿਗੁਰੂ ਜੀ ਇਸ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਆਪਦੇ ਬਖਸ਼ੇ ਬਲ ਅਤੇ ਉਲਮਾ ਪਿਆ ਸਤਿ ਪਾਤਸ਼ਾਹ ਜੀ ਨਗਰ ਦੀ ਸਮਿਤੀ ਸਾਧ ਸੰਤ ਨੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪਾਤਸ਼ਾਹ ਜੀ ਦੇ ਅੱਜ ਅੰਮ੍ਰਿਤ ਵੇਲੇ ਤੋਂ ਪਾਵਨ ਪਵਿੱਤਰ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਇੱਕ ਮਹਾਨ ਨਗਰ ਕੀਰਤਨ ਕੀਤਾ ਸੀ। ਸੋ ਆਪ ਜੀ ਨੇ ਮਹਾਨ ਕਿਰਪਾ ਕੀਤੀ ਪਾਤਸ਼ਾਹ ਜੀ ਉਸ ਦੁਆਰਾ ਨਗਰਾਂ ਦੇ ਵਿੱਚੋਂ ਜੀ ਸੰਗਤ ਨੂੰ ਤਾਰਦੇ ਹੋਏ ਆਪ ਰਾਜੀ ਖੁਸ਼ੀ ਸੰਗਤਾਂ ਦੇ ਮਿਹਨਤ ਭਰੇ ਹੱਥ ਦੀ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਸਤਿਗੁਰੂ ਇਸ ਵੇਲੇ ਆਪ ਜੀ ਦੀ ਪਾਵਨ ਸਵਾ ਜੀ ਕੁਝ ਸਥਾਨਾਂ 'ਤੇ ਲਿਆ ਕਰਕੇ ਪਾਤਸ਼ਾਹ ਜੀ ਪਾਵਨ ਪਵਿੱਤਰ ਸਰੂਪ ਖਾਸ ਸੰਭਾਲਣਾ ਕੀਤੇ ਗਏ। ਸੰਗਤਾਂ ਵੱਲੋਂ ਪੜ੍ਹਿਆ ਹੋਇਆ ਬਾਣੀ ਸ਼ਬਦ ਕੀਰਤਨ ਕੀਤਾ ਹੋਇਆ ਪ੍ਰਵਾਨ ਕਰਨਾ ਰਸਤੇ ਵਿੱਚ ਨਗਰਾਂ ਦੀਆਂ ਸੰਗਤਾਂ ਨੇ ਬੜੇ ਬੜੇ ਪਿਆਰ ਅਤੇ ਸਰਕਾਰ ਉਹਨਾਂ ਸੰਗਤਾਂ ਦਾ ਸਰਕਾਰ ਆ ਜੀ ਦਾ ਸਰਕਾਰ ਮਾਇਆ ਦਾ ਯੋਗਦਾਨ ਪਾਇਆ ਸਤਿਗੁਰੂ ਦੇ ਸਰੂਪ ਦਾ ਨਾਲ ਸਨਮਾਨ ਕੀਤਾ ਪਾਤਸ਼ਾਹ ਜੀ ਚਾਪਣ ਦੇ ਨਗਰ ਸਿਖਾਏ ਬੇਅੰਤ ਸੇਵਾ ਕੀਤੀ ਪਾਤਸ਼ਾਹ ਜੀ ਸਭ ਦੀ ਸੇਵਾ ਥਾਂ ਪਾ ਕਰਕੇ ਨਗਰਾਂ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਦੀ ਇਤਿਹਾਸ ਪਿਆਰ ਬਖਸ਼ਣਾ ਕਾਰੋਬਾਰਾਂ 'ਚ ਵਾਧੇ ਕਰਨੇ ਖੇਤੀ ਸੇਵਾ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਦਸਰਿਆਂ ਕੋਲੋਂ ਸੇਵਾ ਕਰਦੀਆਂ ਹੋਈਆਂ ਬੇਅੰਤ ਭੁੱਲਾਂ ਸ਼ਮਾ ਕਰਨੀਆਂ ਪਾਤਸ਼ਾਹ ਜੀ ਮੇਰੇ ਭਰੇ ਹੱਥ ਰੱਖ ਕੇ ਅੱਗੇ ਵਾਸਤੇ ਸਭਾ ਸੇਵਾ ਕਰਨ ਦੀ ਮਜ਼ਬੂਤੀ ਬਖਸ਼ਿਸ਼ ਕਰਨੀ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੋ ਦਾਰ ਰਹਿਦਾ ਸਭ ਜੀ ਦੇ ਪਾਠ ਹੋਏ ਭਲਿਖ ਨੂੰ ਬਾਣੀ ਪ੍ਰਵਾਨ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਖਿਮਣੀਆਂ ਭੰਤ ਆਪ ਜੀ ਸਰੂਪ ਦੇ ਤਿਆਰ ਕਰਦੇ ਕਰਦਿਆਂ ਸਤਿਗੁਰੂ ਜੀ ਸੋਹਰੇ ਜੀ ਦੇ ਜਾਪ ਕੀਤੇ ਗਏ ਬੜੀ ਸੋਹਣੀ ਸਮੁੱਚੀ ਬਾਣੀ ਪ੍ਰਵਾਨ ਕਰਨ ਪਾਤਸ਼ਾਹ ਜੀ ਆਪ ਜੀ ਦੇ ਸੁੱਖ ਆਸਣ ਕੀਤੇ ਗਏ ਨੇ ਕਿਰਪਾ ਕਰਕੇ ਵਿਸ਼ਰਾਮ ਕਰਨ ਦੀ ਕਿਰਪਾਲਤਾ ਕਰਨੀ ਸਮੁੱਚੀ ਸਾਧ ਸੰਗਤ ਨੂੰ ਦਲੋਂ ਘਰੋਂ ਆਸ਼ੀਰਵਾਦ ਬਖਸ਼ਿਸ਼ ਕਰਨੇ ਸੰਗਤ ਨੂੰ ਪਾਤਸ਼ਾਹ ਜੀ ਅੱਗੇ ਬਖਸ਼ ਨੂੰ ਹੱਲ ਕਰਨ ਦੀ ਕਿਰਪਾਲਤਾ ਕਰਨੀ ਦਾ ਵਿਸ਼ਰਾਮ ਕਰਨਾ ਆਪ ਜੀ ਦੇ ਦਲ 'ਤੇ ਜੋ ਵੀ ਆਪ ਸੁਰਾ ਜੀ ਜਾ ਸੁੱਖ ਹੋਵੇ ਨਾਮ ਚ ਤਿਆਵੇ ਨਾਮ ਨਾਮ ਲਗਾਤਾਰ ਮੁਢਿਆਲਾ ਨਗਰ ਦੀ ਸੰਗਤ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ
एक महान नगर कीर्तन कढ़ती आ रही है। सो अज अमृत वेले तो श्री गुरु ग्रंथ साहब जी की छत्र छाया हेठ पंजा पैरां की अगवाई में एक महान नगर कीर्तन गुरुद्वारा साहब तो रवाना होया जो 12-14 पिंडां विच हुंदा होया संगत जी की अपार कृपा नाल मुंडियाला नगर में आके समाप्ति संपूर्णता हुई। अनेक नगर निवासियां संगतां ने सतगुरां जी का बहुत निघा स्वागत किया और संगतां नूं जल पानी के लंगर छका के निहाल किया। सो सतगुरु जी साहब की सेवा प्रवान कर सो अंत में मैं ये कहना चाहना कि वो समा से जदों राजे कसाई बन गए से और खून पीणियां जोकां बन गई और जो न्याय देने वाले से वह कुत्ते की न्याय बन गए। उस समय में आके सतगुरां ने दुनिया की फरियाद सुनी और अकाल पुरख ने गुरु नानक देव के रूप में राय भोजी तलवंडी पाकिस्तान की धरती शेखुपुर जिले में अवतार धारण किया। पिता कालू जी के घर माता तृप्ता जी कुख नूं भाग लाए। सो सतगुरां ने अपनी छोटी उम्र की सफर तो लै करके 70 साल की उम्र के बिगड़े हुए लोगों सीधे राह पाया जिवें सज्जन ठग ते भुमी चोर वर्गियां नूं संत बना दिता। सो उन्हां दी सिख कौम वास्ते बड़ी वड्डी देण है। सो उन्हां दा प्यार सिख जगत के मन में वसदा। सो हमेशा उन्हां दे परोपकारां नूं सिख जगत याद करता रहेगा। इन्हां शब्दां नाल ही खिमा दा जच गया। सो समुचे जगत नूं इक वार फिर लख लख वधाई होवे जी। सो गुरु पातशाह जी इस तरह ही अरदास करते हैं कि हर साल इस तरह ही सानू उदम से बल बख्शते रहन उन्होंने गुरपुरब मनाते रहिए। वाहेगुरु जी का खालसा वाहेगुरू जी।